ਹਾਂਜੀ ਸਤਿ ਸ੍ਰੀ ਅਕਾਲ ਮੇਰੇ ਪਿਆਰੇ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤੇ ਸਭ ਤੋਂ ਵੀਡੀਓ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਭਰਾਵੋ ਵੀਡੀਓ ਨੂੰ ਸ਼ੇਅਰ ਵੱਧੋ ਵੱਧ ਕਰਨਾ ਲਾਈਕ ਜ਼ਰੂਰ ਕਰੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਵੀਡੀਓ ਆ ਤੁਸੀਂ ਥੰਬਨੇਲ ਪਾੜੀ ਲਿਆ ਹੋਊਗਾ ਤੇ ਦੋਸਤੋ ਜਿੰਨੀਆਂ ਇਹ ਭਰਤੀਆਂ ਆਈਆਂ ਨੇ ਈਵਨ ਕੀ ਆਪਾਂ ਜੇ ਸਟਾਰਟ ਕਰੀਏ ਕਾਂਸਟੇਬਲ ਵਾਲੀ ਭਰਤੀ ਤੋਂ 43 52 ਤੋਂ ਤਾਂ ਸਿਰੇ ਚੜ ਗਈ ਠੀਕ ਹੈ ਉਹਦੇ ਵਿੱਚ ਹੀ ਹਜੇ ਉਹਦੇ ਵਿੱਚ ਵੀ ਅ ਮਤਲਬ 7-800 ਸੀਟਾਂ ਪੈਂਡਿੰਗ ਪਈਆਂ ਨੇ ਮੇਰੇ ਖਿਆਲ ਚ ਵਧ ਹੋਣਗੀਆਂ ਇਸ ਤੋਂ ਜ਼ਿਆਦਾ ਉਹਦਾ ਕਾਰਨ ਕੀ ਆ ਕਾਰਨ ਦੋਸਤੋ ਇੱਕੋ ਹੀ ਕਾਰਨ ਆ देयर ਸ਼ਲ ਬੀ ਨੋ ਵੇਟਿੰਗ ਲਿਸਟ ਠੀਕ ਆ ਇਹ ਤੁਸੀਂ ਮੈਂ ਤੁਹਾਨੂੰ ਦਿਖਾ ਦਿੰਨਾ ਮੈਂ ਨਵੀਆਂ ਭਰਤੀਆਂ ਦਾ ਖੋਲਿਆ ਹੋਇਆ ਹੈ ਇਹ ਇਹ ਸਬ ਇਨਸਪੈਕਟਰ ਦਾ ਪੋਰਟਲ ਖੋਲਿਆ ਹੋਇਆ ਹੈ ਇਹਦੇ ਵਿੱਚ ਵੀ ਇਹਨਾਂ ਨੇ ਲਿਖਿਆ ਹੈ ਕਿ ਨੋ ਵੇਟਿੰਗ ਲਿਸਟ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਹੈੱਡ ਕਨਸਟੇਬਲ ਦਾ ਇਹਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ देयर ਸ਼ਲ ਬੀ ਨੋ ਵੇਟਿੰਗ ਲਿਸਟ ਹੁਣ ਆਪਾਂ ਗੱਲ ਕਰੀਏ ਇੰਟੈਲੀਜੈਂਸ ਵਾਲਾ ਇਹਦੇ ਵਿੱਚ ਵੀ ਲਿਖਿਆ ਹੈ ਕਿ देयर ਸ਼ਲ ਦੋਸਤੋ ਇਹਦਾ ਵੱਡਾ ਤੋਂ ਵੱਡਾ ਨੁਕਸਾਨ ਕਿਹਨਾਂ ਨੂੰ ਹੋਊਗਾ ਉਹਨਾਂ ਬੱਚਿਆਂ ਨੂੰ ਹੋਊਗਾ ਜਿਵੇਂ ਕਿ ਮੰਨ ਲਓ ਇਹਨਾਂ ਭਰਤੀਆਂ ਦੇ ਵਿੱਚ 50 ਤੋਂ 60% ਬੱਚੇ ਐਵੇਂ ਦੇ ਨੇ ਜਿਨੇ ਇੱਕ ਤੋਂ ਇੱਕ ਪੋਸਟ 'ਚ ਨਹੀਂ ਤਿੰਨਾਂ ਪੋਸਟਾਂ ਵਿੱਚ ਅਪਲਾਈ ਕਰਿਆ ਹੋਇਆ ਤੇ 30% ਬੱਚੇ ਐਵੇਂ ਦੇ ਹੋਣਗੇ ਜਿਨ੍ਹਾਂ ਦਾ ਤਿੰਨੋਂ ਹੀ ਵਿੱਚ ਕੁਆਲੀਫਾਈ ਹੋਊਗਾ ਹੁਣ ਇੱਕ ਬੱਚਾ ਜਿਹਦੇ ਤਿੰਨਾਂ ਜਿਹੜਾ ਤਿੰਨਾਂ ਵਿੱਚ ਹੀ ਕੁਆਲੀਫਾਈ ਆ ਉਹ ਕਿਹਨੂੰ ਸਿਲੈਕਟ ਕਰੂਗਾ ਉਹ ਉਹਨੂੰ ਸਿਲੈਕਟ ਕਰੂਗਾ ਨਾ ਜਿਹਦੇ ਵਿੱਚ ਉਹਦਾ ਰੈਂਕ ਵੱਡਾ ਪਲੂ ਸਬ ਇੰਸਪੈਕਟਰ ਨੂੰ ਚੁਸ ਕਰੂਗਾ ਤਾਂ ਬਾਕੀ ਪੋਸਟਾਂ ਵਿੱਚ ਜਿੰਨਾ ਜਿਹੜੀ ਵਿੱਚ ਉਹਦਾ ਨੰਬਰ ਆਇਆ ਹੋਇਆ ਤਾਂ ਉਹ ਸੀਟਾਂ ਕੀ ਹੋ ਗਈਆਂ ਖਰਾਬ ਠੀਕ ਆ ਉੱਥੇ ਕੋਈ ਵੀ ਨਹੀਂ ਜਾਊਗਾ ਤੇ ਉਹ ਹੁਣ ਅੱਗੇ ਵੇਟਿੰਗ ਲਿਸਟ ਹੈ ਨਹੀਂ ਦੇਅਰ ਸ਼ਲ ਬੀ ਨੋ ਵੇਟਿੰਗ ਲਿਸਟ ਹੈ ਲਿਖਤਾ ਕਿ ਕੋਈ ਵੀ ਲਿਸਟ ਅਗਲੀ ਨਹੀਂ ਆਵੇਗੀ ਜਿਹੜੀ ਇੱਕ ਵਾਰ ਫਾਈਨਲ ਆ ਗਈ ਤਾਂ ਆ ਗਈ ਮੁੜ ਕੇ ਨਹੀਂ ਆਊਗੀ ਠੀਕ ਆ ਤਾਂ ਹੀ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਾਉਣ ਦਾ ਮੇਰਾ ਮਕਸਦ ਕੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ ਉਠਾਈਏ ਕਿ ਭਾਈ ਵੱਧ ਤੋਂ ਵੱਧ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਭਗਵੰਤ ਮਾਨ ਜੀ ਤੁਹਾਡੇ ਅੱਗੇ ਇਹੀ ਬੇਨਤੀ ਆ ਕਿ ਤੁਸੀਂ ਕਹਿੰਦੇ ਸੀਗੇ ਕਿ ਬੱਚੇ ਨੂੰ ਰੁਜ਼ਗਾਰ ਮਿਲੇ ਕੋਈ ਬੱਚਾ ਵਾਂਝਾ ਨਾ ਰਹੇ ਨੌਕਰੀ ਤੋਂ ਤਾਂ ਫਿਰ ਇਹ ਕੀ ਆ ਇਹ ਜਿਹੜੀਆਂ ਭਰਤੀਆਂ ਦੇ ਨੋਟੀਫਿਕੇਸ਼ਨ ਨੇ ਇਹ ਪੁਰਾਣੀਆਂ ਭਰਤੀਆਂ ਨੋਟੀਫਿਕੇਸ਼ਨ ਨੇ ਕਿ ਥੋੜੀ ਸਰਕਾਰ ਵੀ ਹੁਣ ਐਵੇਂ ਹੀ ਕਰੂਗੀ ਬੱਚਿਆਂ ਦੇ ਨਾਲ ਖਿਲਵਾੜ ਹਨਾ ਤਾਂ ਬਹੁਤ ਜ਼ਿਆਦਾ ਗਲਤ ਆ ਇਹ ਤੇ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਭਾਈ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਜਰੂਰ ਆਪਣੀ ਸਲਾਹ ਦਿਓ ਤੇ ਆਪਾਂ ਇੱਕ ਟਵਿੱਟਰ ਤੇ ਕੈਂਪੇਨ ਵੀ ਚਲਾਵਾਂਗੇ ਇਹਦੇ ਸਬੰਧੀ ਕਿ ਹੁਣ ਦੇਖੋ ਤੁਹਾਡੇ ਵਿੱਚੋਂ ਵੀ ਯਾਰ ਬਹੁਤ ਜ਼ਿਆਦੇ ਬੱਚੇ ਐਵੇਂ ਹੋਣਗੇ ਜਿਹਦਾ ਇੱਕ ਤੋਂ ਜ਼ਿਆਦਾ ਪੋਸਟਾਂ ਵਿੱਚ ਕੁਆਲੀਫਾਈ ਹੋਊਗਾ ਤੇ ਐਵੇਂ ਦੇ ਬੱਚੇ ਵੀ ਹੋਣਗੇ ਜਿਹਦਾ ਇੱਕ ਵਿੱਚ ਆਉਂਦਾ ਹੋਊਗਾ ਦੂਜੀ ਵਿੱਚ ਨਹੀਂ ਆਉਂਦਾ ਹੋਊਗਾ ਤਾਂ ਜਿਹੜੇ ਬੱਚੇ ਨੂੰ ਇੱਕ ਵਿੱਚ ਵਿਚਾਰੇ ਨੂੰ ਰੁਜ਼ਗਾਰ ਮਿਲ ਰਿਹਾ ਇੱਕ ਵਿੱਚ ਉਹਦਾ ਨੰਬਰ ਮਸਾ ਹੀ ਆ ਰਿਹਾ ਠੀਕ ਆ ਤਾਂ ਉਹ ਕਿੱਧਰ ਜਾਊਗਾ ਠੀਕ ਆ ਜੇ ਉਹੀ ਜਗ੍ਹਾ ਤੇ ਕੋਈ ਬੱਚਾ ਉਹ ਆ ਗਿਆ ਜਿਹਦਾ ਸਬ ਇੰਸਪੈਕਟਰ ਵਿੱਚ ਨਾਮ ਹੋਇਆ ਤਾਂ ਉਹਦੀ ਸੀਟ ਤਾਂ ਰੁਲ ਗਈ ਵਿਚਾਰੇ ਦੀ ਹਨਾ ਸੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪ੍ਰਭਾਉ ਤਾਂ ਹੀ ਮੈਂ ਬੇਨਤੀ ਕਰ ਰਿਹਾ ਨਾ ਤਾਂ ਕਿ ਭਗਵਾਨ ਜੀ ਤਵਾਨ ਤੱਕ ਇਹ ਵੀਡੀਓ ਪਹੁੰਚੇ ਤੇ ਸਰਕਾਰ ਦੇ ਕੰਨਾਂ ਤੱਕ ਇਹ ਜਿਹੜੀ ਆਵਾਜ਼ ਆਪਦੀ ਪਹੁੰਚੇ ਕਿ ਭਾਈ ਇਹ ਜਿਹੜੀ ਬਹੁਤ ਵੱਡੀ ਬੱਚਿਆਂ ਦੇ ਸਾਹਮਣੇ ਪ੍ਰੋਬਲਮ ਆ ਰਹੀ ਹੈ ਦਾ ਵੀ ਹੱਲ ਹੋ ਸਕੇ ਇਹਦੇ ਵਿੱਚ ਵੀ ਵੇਟਿੰਗ ਲਿਸਟਾਂ ਜਿਹੜੀਆਂ ਲਾਗੂ ਲਾਗੂ ਹੋਣੀਆਂ ਚਾਹੀਦੀਆਂ ਨੇ ਤੁਸੀਂ ਦੇਖੋ ਯਾਰ ਐ ਐਸਬੀਆਈ ਬੈਂਕ ਹੋ ਗਈ ਜਾਂ ਫਿਰ ਹੋਰ ਕਿੰਨੇ ਵੀ ਬੈਂਕ ਦੇ ਇਗਜ਼ਾਮ ਹੁੰਦੇ ਨੇ ਆਈਬੀਪੀਐਸ ਲਾ ਲਓ ਜਾਂ ਜੋ ਵੀ ਲਾ ਲਓ ਸੈਂਟਰ ਦੇ ਲਾ ਲਓ ਉਹਨਾਂ ਵਿੱਚ ਤਿੰਨ ਤਿੰਨ ਚਾਰ ਚਾਰ ਵੇਟਿੰਗ ਲਿਸਟਾਂ ਆਉਂਦੀਆਂ ਨੇ ਤਿੰਨ ਚਾਰ ਵੇਟਿੰਗ ਲਿਸਟਾਂ ਆ ਜਾਂਦੀਆਂ ਹੁੰਦੀਆਂ ਨੇ ਤਾਂ ਫਿਰ ਇੱਥੇ ਕਿਉਂ ਨਹੀਂ ਆ ਸਕਦੀ ਇਥੇ ਕੀ ਕਾਰਨਾ ਬਈ ਠੀਕ ਆ ਹੁਣ ਤੁਸੀਂ ਉਹਦੀ ਦੂਰ ਨਾ ਜਾਓ ਤੁਸੀਂ ਪੀ 3 ਪਲੱਸ ਵੀ ਕਲਰਕ ਦੀ ਲਾ ਲਓ ਠੀਕ ਆ ਟਾਈਪਿੰਗ ਟੈਸਟ ਹੋ ਗਿਆ ਸੀ ਉਹਨਾਂ ਦਾ ਹੁਣ ਦੂਜੀ ਟਾਈਪਿੰਗ ਲਿਸਟ ਆ ਗਈ ਤਿੰਨ ਤਰੀਕ ਨੂੰ ਚਾਰ ਜਾਂ ਪੰਜ ਤਰੀਕ ਨੂੰ ਉਹਨਾਂ ਦਾ ਦੂਜਾ ਟਾਈਪਿੰਗ ਦੂਜੀ ਲਿਸਟ ਦਾ ਜਿਹੜਾ ਪੇਪਰ ਹੋਣ ਜਾ ਰਿਹਾ ਕੀ ਗੱਲ ਬਈ ਇਹਨਾਂ ਚ ਵੀ ਨਹੀਂ ਆ ਸਕਦੀ ਜਰੂਰ ਆ ਸਕਦੀ ਹੈ ਜੇ ਡਿਪਾਰਟਮੈਂਟ ਚਾਹੇ ਤਾਂ ਕੁਝ ਵੀ ਹੋ ਸਕਦਾ ਸੋ ਬੱਚਿਓ ਜਿਹੜੇ ਜਿਹੜੇ ਭਾਈ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਬਈ ਸੀਰੀਅਸਲੀ ਚਾਹੁੰਦੇ ਨੇ ਕਿ ਮੁੱਦਾ ਰੇਜ਼ ਹੋਣਾ ਚਾਹੀਦਾ ਤਾਂ ਭਾਈ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈ ਵੀਡੀਓ ਸ਼ੇਅਰ ਜ਼ਰੂਰ ਕਰਿਓ ਹਨਾ ਇੱਕ ਹਰੇਕ ਬੱਚੇ ਦਾ ਫਰਜ਼ ਹੈ ਕਿ ਉਹਦੇ ਕੰਟੈਕਟ ਲਿਸਟ ਵਿੱਚ ਜਿੰਨੇ ਵੀ ਬੱਚੇ ਹੈਗੇ ਨੇ ਆਪਣੇ WhatsApp ਦੇ ਸਟੇਟਸਾਂ ਵਿੱਚ ਇਹ ਵੀਡੀਓ ਪਾਓ ਤਾਂ ਕਿ ਸਾਰਿਆਂ ਤੱਕ ਇਹ ਪਹੁੰਚ ਜਾਣਾ ਬਾਕੀ ਜੇਕਰ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਮੈਨੂੰ Instagram ਤੇ ਸੰਪਰਕ ਕਰਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ Telegram ਨੂੰ ਵੀ ਜੁਆਇਨ ਕਰ ਲਿਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ Telegram ਦਾ ਵੀ ਤਾਂ ਕਿ ਆਪਾਂ ਜਿਹੜਾ Twitter ਤੇ ਕੈਂਪੇਨ ਚਲਾਉਣਾ ਆਪਾਂ ਸਾਰੇ ਭਾਈ ਭੈਣ ਭਰਾ ਰਲ ਕੇ ਚਲਾ ਸਕੀ ਹਾਂ ਤੋ ਅਗਲੀ ਵੀਡੀਓ ਵਿੱਚ ਮਿਲਾਂਗੇ ਦੋਸਤੋ ਇੱਕ ਨਵੇਂ ਅਪਡੇਟ ਦੇ ਨਾਲ ਬਸ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣੀ ਆ ਸਸਰੀਕਾਲ ਧੰਨਵਾਦ ਸਹਿਯੋਗ ਦੀ ਤੁਹਾਡੇ ਦੀ ਬਹੁਤ ਜ਼ਿਆਦਾ ਲੋੜ ਹੈ